ਕਿਸੇ ਦਾ ਦਿਲ ਨਹੀਂ ਚਾਹੁੰਦਾ ਹੁੰਦਾ ਕਿ ਆਪਣੀ ਪਾਰਟੀ ਦੇ ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਤੁਰਿਆ ਜਾਵੇ। ਇਸ ਸਮੇਂ ਜਿਸ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਉਸਦਾ ਤੁਸੀਂ ਚਿਹਰਾ ਹੋ। ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਡਾਊਨ ਗਿਆ, ਉਹਦੇ ਜ਼ਿੰਮੇਵਾਰ ਸਿਰਫ ਸੁਖਬੀਰ ਸਿੰਘ ਬਾਦਲ। ਉਹ ਤਾਂ ਇਹ ਕਹਿੰਦੇ ਰਹੇ ਵੀ ਮੈਂ ਭਾਵੇਂ ਇਕੱਲਾ ਰਹਿ ਜਾਂ ਵੀ ਪ੍ਰਧਾਨਗੀ ਤਾਂ ਮੈਂ ਛੱਡ। ਸਰਬਜੀਤ ਸਿੰਘ ਦੀ ਜਾਂ ਅੰਮ੍ਰਿਤਪਾਲ ਦੀ ਜਿੱਤ ਨੇ ਇਸ਼ਾਰਾ ਕੀਤਾ ਕਿ ਨਹੀਂ, ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਸਪੇਸ। ਇੱਕ ਗੱਲ ਬੜੀ ਕਲੀਅਰ ਹੋ ਗਈ ਵੀ ਪੰਥ ਮਰਿਆ ਨਹੀਂ। ਉਧਰ ਸੱਤ ਵਾਲਾ ਮਾਮਲਾ, ਬੇਅਦਬੀ ਦਾ ਮਾਮਲਾ, ਡੇਰਾ ਮੁਖੀ ਨੂੰ ਦਿੱਤੀ ਮਾਫ਼ੀ ਦਾ ਮਾਮਲਾ, ਕੀ ਤੁਸੀਂ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨਦੇ ਹੋ? ਅੱਗੇ 4 ਬਾਈ ਇਲੈਕਸ਼ਨ ਪੰਜਾਬ ਦੇ ਵਿੱਚ ਆਉਣੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ, ਕੀ ਬਾਗੀ ਧੜਾ ਆਪਣੇ ਅਲੱਗ ਤੋਂ ਉਮੀਦਵਾਰ ਉਤਾਰੇਗਾ?